ਹਾਂਜੀ ਦੋਸਤੋ ਮੈਂਤਰ ਸਿੰਘ ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੀ ਅੱਜ ਸੁਬਾਹ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਇਸੇ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਦੀ ਤੇ ਖਬਰਾਂ ਨੂੰ ਸ਼ੁਰੂ ਕਰਤ ਪਹਿਲਕਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰਾਂ ਜੀ ਕਿ ਪੀਐਸਪੀਬੀ ਨੇ ਵਿਦਿਆਰਥੀਆਂ ਲਈ ਲਿਆ ਵੱਡਾ ਫੈਸਲਾ 30% ਘਟਾਇਆ ਸਿਲੇਬਸ ਡਰੱਗਸ ਮਾਮਲੇ ਵਿੱਚ ਭਾਰਤ ਸਿੰਘ ਤੇ ਹਰਸ਼ ਲਿੰਬਾਚੀਆ ਨੂੰ ਮਿਲੀ ਜ਼ਮਾਨਤ ਖੇ ਟੈਕਨੋ ਨਾਲ ਖਿਲਾਫ ਨੌਜੋਸ ਸਿੱਧੂ ਨੇ ਕੇਂਦਰ ਸਰਕਾਰ ਤੇ ਬੋਲਿਆ ਵੱਡਾ ਹਮਲਾ ਮੋਦੀ ਨੂੰ ਲੈ ਕੇ ਆਸ ਵਿੱਚ ਭਿੜੇ ਕਿਸਾਨ ਤੇ ਫੌਜੀ ਅੰਤ ਫੌਜੀਆਂ ਨੇ ਕਿਸਾਨਾਂ ਤੋਂ ਮਾਫੀ ਮੰਗ ਕੇ ਛੁਡਾਇਆ ਖੜਾ ਕਰੋਨਾ ਮਰੀਜ ਦਾ ਪਰਿਵਾਰ ਨੇ ਕਰ ਦਿੱਤਾ ਸੀ ਸੰਸਕਾਰ ਭੋਗ ਵਾਲੇ ਦਿਨ ਘਰ ਪਰਤਿਆ ਮਰ ਸੋਨਿਆ ਤੇ ਚੰਦ ਦੀਆਂ ਕੀਰਤ ਵਿੱਚ ਹੋਇਆ ਵੱਧਾ ਜਾਨਵਾਂ ਅਜ ਦੇ ਭਾ ਫਿਰ ਲੱਗੇਗਾ ਲੋਕਡਾਊਨ ਹਾਈ ਕੋਰਟ ਨੇ ਪੁੱਛਿਆ ਕਿ ਲੋਕਡਾਊਨ ਹੀ ਹੈ ਕੋ ਹੱਲ ਆਖਰ ਮੋਦੀ ਸਰਕਾਰ ਨੇ ਭੇਜੀਆਂ ਪੰਜਾਬ ਵਿੱਚ ਰੇਲ ਗੱਡੀਆਂ 10ਵੇਂ ਪਾਸਲੇ ਨਿਕਲੇ ਸਰਕਾਰੀ ਨੌਕਰੀ ਤਨਖਾਹ 47000 ਰੁਪਏ ਪ੍ਰਤੀ ਮਹੀਨਾ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵ ਦਾ ਵੱਡਾ ਐਲਾਨ ਸਿਆਸਤ ਨੂੰ ਅਲਵਿਦਾ ਮੁਕੇਸ਼ ਅੰਬਾਨੀ ਨੂੰ ਵੱਡਾ ਚੜ੍ਹ ਕੇ ਟੌਪ ਅਮੀਰਾਂ ਦੀ ਸੂਚੀ ਵਿੱਚ ਹੋਏ ਬਾਹਰ ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਦੀ ਮਦਦ ਲਈ ਲੈ ਕੇ ਆਇਆ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਪੰਜਾਬ ਲਈ ਵੱਡਾ ਸੰਕਟ ਐਫਸੀਆਈ ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ ਤਾਂ ਦੋਸਤੋ ਇਸsing ਆਪਣੀਆਂ ਇਸ ਸਮੇਂ ਦੀਆਂ ਚੌਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਆ ਜੀ ਪਹਿਲੀ ਵੱਡੀ ਖਬਰ ਦੀ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਇਸ ਦੇ ਨਾਲ ਹੀ ਆਪਣੀ ਪਹਿਲੀ ਖਬਰ ਹੈ ਕਿ ਪੀਐਸਈਵੀ ਨੇ ਵਿਦਿਆਰਥੀਆਂ ਦੇ ਲਈ ਲਿਆ ਵੱਡਾ ਫੈਸਲਾ 30% ਘਟਾਇਆ ਸਿਲੇਬਸ ਪੰਜਾਬ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਉਹਨਾਂ ਨੇ 9ਵੀਂ ਤੋਂ 12ਵੀਂ ਤੱਕ ਦੇ ਸਿਲੇਬਸ ਵਿੱਚ ਕਟੌਤੀ ਦੇ ਬਾਅਦ ਐਸਸੀਈਆਰਟੀ ਨੇ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੀ ਰਾਹਤ ਦਿੱਤੀ ਹੈ ਪੰਜਾਬ ਖੋਜ ਤੇ ਸਿੱਖਿਆ ਅਪ੍ਰਿਸ਼ਦ ਨੇ ਕੋਵਿਡ-19 ਮਹਾਮਾਰੀ ਕਰਕੇ 30% ਸਿਲੇਬਸ ਘਟਾ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਵਿਦਿਅਕ ਸਾਲ 2021 ਦੇ ਸਿਲੇਬਸ ਦੇ ਪ੍ਰਸ਼ਨ ਪੱਤਰ ਵੀ ਜਾਰੀ ਕਰ ਦਿੱਤੇ ਗਏ ਨੇ ਡਰੱਗਸ ਮਾਮਲੇ ਵਿੱਚ ਭਰਤ ਸਿੰਘ ਤੇ ਹਰਸ਼ੀ ਲੰਬਾਚੀਆ ਨੂੰ ਮਿਲੀ ਜ਼ਮਾਨਤ ਡਰਗਸ ਮਾਮਲੇ ਵਿੱਚ ਗ੍ਰਿਫਤਾਰ ਕਮੇਡੀਅਨ ਭਾਰਤੀ ਸਿੰਘ ਨੇ ਉਸ ਦੇ ਪਤੀ ਹਰਸ਼ਲੇ ਬਾਤਿਆ ਨੂੰ ਜ਼ਮਾਨਤ ਮਿਲ ਗਈ ਹੈ ਕੋਈ ਥੋੜ੍ਹਾ ਪਹਿਲਾਂ ਹੋਈ ਸੁਣਵਾਈ ਵਿੱਚ ਐਨਡੀपीएस ਕੋਰਟ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਐਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅੱਜ ਇਸ ਮਾਮਲੇ ਤੇ ਸੁਣਵਾਈ ਨਹੀਂ ਹੋ ਸਕੇਗੀ ਦੱਸਣਯੋਗ ਹੈ ਕਿ ਐਨਸੀਬੀ ਨੇ ਭਾਰਤੀ ਸਿੰਘ ਦੇ ਘਰ ਛਾਪੇਮਾਰੀ ਦੌਰਾਨ 86.5 ਗ੍ਰਾਮ ਗਾਂਜਾ ਬਰਾਮਦ ਕੀਤਾ ਸੀ ਤੇ ਅਦਾਲਤ ਨੇ ਕੱਲ ਭਾਰਤੀ ਤੇ ਉਸ ਦੇ ਪਤੀ ਹਰੀਸ਼ਰਾਵਤ ਨੂੰ ਹਰੀਸ਼ ਨੂੰ ਅਸਦੇ ਪਰਿ ਹਰਚ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਿਆ ਸੀ ਤੇ ਅੱਜ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਖੇਤੀ ਕਾਨੂੰਨਾਂ ਖਿਲਾਫ ਨਵਜੋਸਿਦੂ ਨੇ ਕੇਂਦਰ ਸਰਕਾਰ ਤੇ ਬੋਲਿਆ ਵੱਡਾ ਹਮਲਾ। ਜੀ ਹਾਂ ਦੋਸਤੋ ਖੇਤੀਕਰਨ ਖਿਲਾਫ ਇੱਕ ਵਾਰ ਫਿਰ ਸਾਭਾ ਕਮਲਜੀਤ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਤੇ ਵੱਡਾ ਹਮਲਾ ਬੋਲਿਆ ਸਿੱਧੂ ਨੇ ਆਖਿਆ ਕਿ ਇਹ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸਗੋਂ ਸਾਡੀ ਆਵਾਜ਼ ਉਰਦੀ ਨੇ ਜਿਹੜੀ ਲੜਾਈ ਹੈ ਜਿਸ ਨਾਲ ਸਿਸਟਮ ਦੇ ਖਿਲਾਫ ਲੜਨਾ ਹਾਲਾਕੇ ਦਾ ਦੌਰਾ ਕਾਂਦਨ ਪੱਤਰਕਾਰ ਨਾਲ ਗੱਲਬਾਤ ਕਰਦੇ ਸਿੱਧੂ ਨੇ ਆਖਿਆ ਕਿ ਪਿੱਛੇ 25-30 ਸਾਲਾਂ ਤੋਂ ਪੰਜਾਬ ਨੂੰ ਢਾਲ ਗਏ ਜਾ ਰਹੀ ਹੈ ਤੇ ਹੁਣ ਤੱਕ ਕੇਂਦਰ ਨੇ ਸਾਡੇ ਵਜੂਤ ਸਿੱਧੀ ਸੱਟ ਮਾਰੀ ਹੈ ਜਿਸ ਦੇ ਚਾਲ ਦੇ ਕੇਂਦਰ ਸਾਡਾ ਸਭ ਕੁਝ ਖੋ ਕੇ 10-4 ਚਾਰਟ ਡਾਡਾ ਨੂੰ ਦੇਣਾ ਚਾਹੁੰਦੀ ਐਸੇਦੂ ਨੇ ਕਿਹਾ ਕਿ ਮੱਸਾ ਰੰਗੜ ਅਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਪੰਜਾਬ ਤੇ ਚੜ੍ਹਾਈ ਕੀਤੀ ਸੀ ਅਤੇ ਉਦੋਂ ਵੀ ਪੰਜਾਬ ਪੰਜਾਬੀ ਖੜੇ ਰਹੇ ਸਨ ਤੇ ਹੁਣ ਵੀ ਸਰਕਾਰ ਦੀ ਅੜੀ ਨਿਕਲ ਜਾਵੇਗੀ ਸੇਦੂ ਨੇ ਕਿਹਾ ਕਿ ਕਹਿੰਦੇ ਨੇ ਸਾਡਾ ਜੀਐਸਟੀ ਲੈ ਕੇ ਸਾਨੂੰ ਹੀ ਨਹੀਂ ਮੇਰਾ ਅਪਰੋਚ ਇਹ ਕਾਨੂੰਨ ਲਗਾ ਕੇ ਸਾਡੇ ਕਿਸਾਨ ਦੀ ਖੁਦਮੁਖਤਿਆਰੀ ਖੋ ਕੇ ਤਿੰਨ ਚਾਰ ਕਾਰਪੋਰੇਟ ਘਰਾਣੇ ਦੇ ਜੇ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੋਦੀ ਨੂੰ ਲੈ ਕੇ ਆਸੋਚੇ ਭੜੇ ਕਿਸਾਨ ਤੇ ਫੌਜੀਾਂ ਤੇ ਫੌਜੀਾਂ ਨੇ ਕਿਸਾਨਾਂ ਤੋਂ ਮਾਫੀ ਮੰਗੀ ਛੁਡਾਇਆ ਖੜਾ ਲੌਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸਬੰਧਤ ਤਿੰਨ ਬਿੱਲ ਪਾਸ ਕੀਤੇ ਗਏ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਜਿੱਥੇ ਬੰਦਿਆ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਨੇ ਕੇਂਦਰ ਸਰਕਾਰ ਵੱਲ ਲਿਆਂਦੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਵਕ-ਵਕ ਥਾਵਾਂ ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਨੇ ਪੰਜਾਬ ਵਿੱਚ ਰੇਲਵੇ ਲਾਈਨਾਂ ਤੇ ਧਰਨੇ ਪ੍ਰਦਰਸ਼ਨ ਭਾਵੇਂ ਹੀ ਖਤਮ ਕਰ ਦਿੱਤੇ ਗਏ ਨੇ ਪਰ ਟੋਲ ਪਲਾਜ਼ਾ ਦੇ ਵਿਰੋਧ ਅਜੇ ਵੀ ਜਾਰੀ ਨੇ ਜਿੱਥੇ ਕਿ ਸਾਜਿਥੇ ਬੰਦੀਆਂ ਦੇ ਵੱਲੋਂ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਤੇ ਜੁੱਤੀਆਂ ਦੇ ਹਾਰ ਵੀ ਪਾਏ ਗਏ ਨੇ ਪਰ ਅੱਜ ਕੱਲ ਇਸ ਵਿਰੋਧ ਦੇ ਵਿਰੋਧ ਦੇ ਦੋ ਦੇ ਤਰੀਕੇ ਦੇ ਚੱਲਦੇ ਕਿਸਾਨਾਂ ਅਤੇ ਫੌਜੀਆਂ ਦੇ ਵਿਚਕਾਰ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਪਠਾਨਕੋਟ ਜਲੰਧਰ ਦੇ ਮੁਕਤੌਲ ਪਲਾਜ਼ੇ ਦੇ ਕੋਲ ਕਿਸਾਨਾਂ ਤੇ ਫੌਜੀਆਂ ਵਿਚਕਾਰ ਬਹਿਸ ਹੋ ਗਈ। ਦਰਅਸਲ ਕਿਸਾਨ ਅਤੇ ਖੇਤੀ ਕਰਨੋਂ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਤੇ ਉਹਨਾਂ ਨੇ ਆਪਣਾ ਵਿਰੋਧ ਜਤਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਤੇ ਜੁੱਤੀਆਂ ਦਾ ਹਾਰ ਬਣਾ ਕੇ ਪਾਇਆ ਹੋਇਆ ਇਸ ਦੌਰਾਨ ਜਦੋਂ ਭਾਰਤੀ ਫੌਜ ਦਾ ਕਾਫਲਾ ਪਠਾਨਕੋਟ ਤੋਂ ਜਲੰਧਰ ਮੁੱਖ ਸ਼ਰਕਤ ਤੋਂ ਲੰਘ ਰਿਹਾ ਸੀ ਤਾਂ ਮਾਨਸਰ ਟੋਲ ਪਲਾਜੇ ਤੇ ਕਾਫਲੇ ਵਿੱਚੋਂ ਇੱਕ ਬੱਸ ਚਾਲਕ ਨੇ ਉਹ ਬੱਸ ਨੂੰ ਖੜਾ ਕਰਕੇ ਪ੍ਰਧਾਨ ਮੰਤਰੀ ਨਰਮੋਦੀ ਦੀ ਫੋਟੋ ਤੇ ਪਾਈਆਂ ਜੁੱਤੀਆਂ ਦਾ ਹਾਰ ਲਾ ਦਿੱਤਾ ਭਾਰਤ ਦੇ ਭਾਵੇਂ ਹੀ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਜਾਂਦਾ ਹੈ ਪਰ ਜਦੋਂ ਇਸ ਮਾਵਲੇ ਬਾਰੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਕਿਸਾਨਾਂ ਨੇ ਫੌਜੀਓਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬੱਸ ਦੇ ਅੱਗੇ ਲੇਟ ਗਏ ਅਤੇ ਕਿਸਾਨਾਂ ਅਤੇ ਫੌਜ ਵਿਚਾਲੇ ਬਹਿ ਸ਼ੁਰੂ ਹੋ ਗਏ ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਫੌਜੀਆਂ ਨੂੰ ਫੌਜੀਆ ਨੇ ਉਹਨਾਂ ਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ ਸੀ ਜਿਸ ਦੇ ਚੱਲਦੇ ਕਾਫੀ ਸਮਾਂ ਬੈਸ ਹੋਣ ਤੋਂ ਬਾਅਦ ਬੱਸ ਚਾਲਕ ਨੂੰ ਕਿਸਾਨਾਂ ਦੇ ਗੁੱਸੇ ਅੱਗੇ ਝੁਕਣਾ ਪਿਆ ਤੇ ਮਾਫੀ ਮੰਗਣੀ ਪਈ ਕਰੋਨਾ ਮਰੀਜ਼ ਦੇ ਪਰਿਵਾਰ ਨੇ ਕਰ ਦਿੱਤਾ ਸੀ ਸ਼ਸਕਾਰ ਪੋਗ ਵਾਲੇ ਦਿਨ ਘਰ-ਪਾਤ ਜੀਹਾਂ ਦੋਸਤੋ ਦੇਸ਼ ਅਤੇ ਦੁਨੀਆ ਇਸ ਸਮੇਂ ਕਰੋਨਾ ਵਾਇਸ ਦੇ ਕੈਰ ਨਾਲ ਜੂਝ ਰਹੀ ਹੈ ਤੇ ਇਸੇ ਦੌਰਾਨ ਅਜੇ ਹੀਆਂ ਕਈ ਖਬਰਾਂ ਵੀ ਆ ਰਹੀਆਂ ਜਿਸ ਕਾਰਨ ਲੋਕ ਬਹੁਤ ਜ਼ਿਆਦਾ ਹੈਰਾਨ ਨੇ ਅਜੇ ਹੀ ਇੱਕ ਹੈਰਾਨੀਜਨਕ ਘਟਨਾ ਪੱਛਮੀ ਬੰਗਾਲ ਵਿੱਚ ਵਾਪਰੀ ਉੱਤਰੀ 24 ਪਰਗਣਾ ਜ਼ਿਲ੍ਹੇ ਵਿੱਚ ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਦਿਖਾਉਂਦੇ ਹੋਏ ਕਿਸੇ ਹੋਰ ਵਿਅਕਤੀ ਦੀ Laash ਇੱਕ ਪਰਿਵਾਰ ਨੂੰ ਸੌਂਪ ਦਿੱਤੀ ਜਿਸ ਦੀ ਦੇਹੋਪੀ ਗਈ ਸੀ ਨੂ ਵੀ ਕੋਰੋਨਾ ਵਾਇਰਸ ਦੀ ਲਾਖੀ ਪਰਿਵਾਰ ਨੇ ਉਸ ਦੀਆਂ ਅੰਤਿਮ ਰਸਮਾਂ ਵੀ ਕਰ ਦਿੱਤੀਆਂ ਸਨ ਅੰਤਿਮ ਚਸ਼ਕਾਤ ਬਾਅਦ ਜਦੋਂ ਪਰਿਵਾਰ ਉਸ ਦਾ ਸ਼ਰਾਧ ਕਰ ਰਿਹਾ ਸੀ ਤਾਂ ਉਸ ਸਮੇਂ ਹਸਪਤਾਲ ਪ੍ਰਸ਼ਾਸਨ ਨੇ ਕਾਲ ਫੋਨ ਕੀਤਾ ਮੀਡੀਆ ਰਿਪੋਰਟਾਂ ਅਨੁਸਾਰ ਉਸ ਵਾਰ ਪਰਿਵਾਰ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਕੋਰੋਨਲ ਪ੍ਰਭਾਵਿਤ ਰਿਸ਼ਤੇਦਾਰ ਪੂਰੀ ਤਰ੍ਹਾਂ ਠੀਕ ਹੈ ਉਹ ਹਸਪਤਾਲ ਵਜਾਇ ਤੁਸੀਂ ਕਿਸੇ ਹੋਰ ਵਿਅਕਤੀ ਦਾ ਸਸਕਾਰ ਕਰ ਦਿੱਤਾ ਪਤਾ ਲੱਗਾ ਕਿ 4 ਨਵੰਬਰ ਨੂੰ ਕੋਰੋਨਾ ਤੋਂ ਪ੍ਰਭਾਵਿਤ ਸ਼ਿਵਦਾਸ ਬਨਰਜੀ ਨੂੰ ਖਰਦਾ ਦੇ ਬਲਰਾਮਪੁਰ 바ਸੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ 13 ਨਵੰਬਰ ਨੂੰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਮੋੜ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਜਾਣੋ ਅੱਜ ਦੇ ਰੇਟ ਜੀਹਾਂ ਦੋਸਤੋ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ ਇਸ ਦੌਰਾਨ ਹੁਣ ਬੀਤੇ ਕੁਝ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਪਰ ਇਸ ਸਟ੍ਰੀਮ ਹੁਲਸ ਨੇ ਉਹਨਾਂ ਦੀਆਂ ਕੀਮਤਾਂ ਨੂੰ ਯੂਐਸਡੀ ਆਰਥਿਕਤਾ ਚ ਆਕਰਸ਼ਿਤ ਰੱਖਿਆ ਹੈ ਇਹੀ ਕਾਰਨ ਹੈ ਕਿ ਸੋਮਵਾਰ ਨੂੰ ਸੋਨੇ ਤੇ ਚਾਂਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਐਮਐਕਸ ਤੇ ਸੋਨੇ ਦੀ ਕੀਮਤ ਸੋਮਵਾਰ ਨੂੰ 0.26% ਭਾਵ 131 ਰੁਪਏ ਦੀ ਤੇਜ਼ੀ ਨਾਲ 50300 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿੱਚ 0.5% ਦੀ ਤੇਜ਼ੀ ਨਾਲ ਯਾਨੀ ਕਿ 33 ਰੁਪਏ ਦੀ ਤੇਜ਼ੀ ਨਾਲ 62574 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਫਿਰ ਲੱਗੇਗਾ ਲਾਕਡਾਊਨ ਹਾਈ ਕੋਰਟ ਨੇ ਪੁੱਛਿਆ ਕਿ ਲਾਕਡਾਊਨ ਹੀ ਹੈ ਇੱਕੋ ਹੱਲ ਜੀहां ਦੋਸਤੋ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਕਰਨ ਹੋਈਆਂ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅੱਜ ਇਹ ਸਥਿਤੀ ਬਾਰੇ ਲਾਕਡਾਊਨ ਦੀ ਮੰਗ ਉੱਠ ਰਹੀ ਹੈ ਦਿੱਲੀ ਹਾਈ ਕੋਰਟ ਨੇ ਕੱਲ ਅੱਜ ਹੀ ਹੀ ਪਟੀਸ਼ਨ ਤੇ ਸੁਣਵਾਈ ਕੀਤੀ ਹਾਈ ਕੋਰਟ ਨੇ ਰਾਜਧਾਨੀ ਵਿੱਚ ਲਾਕਡਾਊਨ ਲਾਉਣ ਦੀ ਪਟੀਸ਼ਨ ਤੇ ਤੁਰੰਤ ਪ੍ਰਭਾਵ ਨਾਲ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਨਾਲ ਹੀ ਹਾਈ ਕੋਰਟ ਨੇ ਪੁੱਛਿਆ ਸੀ ਕਿ ਕੀ ਲਾਕਡਾਊਨ ਹੀ ਇੱਕੋ ਹੱਲ ਹੈ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਕੋਵਿਡ-19 ਨਾਲ ਸੰਬੰਧਿਤ ਸਥਿਤੀ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਗੁਜਰਾਤ ਵਰਗੀਆਂ ਥਾਵਾਂ ਤੇ ਬਦਤਰ ਹੋ ਗਈ ਹੈ ਆਖਰ ਮੋਦੀ ਸਰਕਾਰ ਨੇ ਭੇਜੀਆਂ ਪੰਜਾਬ ਵਿੱਚ ਰੇਲਾ ਜੀਹਾਂ ਦੋਸਤੋ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਰੇਲਾ ਚਲਾਉਣ ਨੂੰ ਹਰੀ ਚੰਦੀ ਦੇ ਦਿੱਤੀ ਹੈ ਰੇਲ ਮੰਤਰੀ ਪਿਸ਼ ਗੁਇਲ ਨੇ ਕਿਹਾ ਕਿ ਭਾਰਤੀ ਰੇਲਵੇ ਹੁਣ ਪੰਜਾਬ ਵਿੱਚ ਆਪਣੀਆਂ ਸੇਵਾਵਾਂ ਮਾਰ ਸ਼ੁਰੂ ਕਰਨ ਜਾ ਰਿਹਾ ਹੈ ਕਿਉਂਕਿ ਕਿਸਾਨ ਯੂਨੀਅਨਾਂ ਨੇ ਰੇਲਾਂ ਦਾ ਰਾਹ ਨਾ ਰੁਕਣ ਦਾ ਐਲਾਨ ਕੀਤਾ ਹੈ ਮੰਤਰੀ ਨੇ ਇਸ ਬਾਰੇ ਟਵੀਟ ਕਰਕੇ ਦੱਸਿਆ ਕਿ ਕੱਲ 23 ਨਵੰਬਰ ਤੋਂ ਰੇਲ ਕਰ ਯਾਨੀ ਆਵਾਜਾਈ ਦੁਬਾਰਾ ਸ਼ੁਰੂ ਹੋ ਜਾਵਗੀ ਉਹਨਾਂ ਐਵੀ ਕਿ ਹੈ ਕਿ ਰੇਲ ਰੋਕੋ ਅੰਦੋਲਨ ਵਾਪਸ ਲੈਣ ਦਾ ਲਾਭ ਯਾਤਰੀਆਂ ਕਿਸਾਨਾਂ ਤੇ ਅਰਜੋਗਣ ਹੋਵੇਗਾ ਦੱਸਦੇ ਕਿ ਦੋ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਨਾਲ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਹੀ ਕਿਸਾਨ ਆਪਣਾ ਰੇਲ ਰੋਕੋ ਅੰਦੋਲਨ ਵਾਪਸ ਲੈਣ ਲਈ ਤਿਆਰ ਹੋਏ ਸਨ 10ਵੇਂ ਪ੍ਰਸਲੇ ਨਿਕਲੀ ਸਰਕਾਰੀ ਨੌਕਰੀ ਤਨਖਾਹ 47000 ਰੁਪਏ ਮਹੀਨਾ ਜੀ ਹਾਂ ਦੋਸਤੋ ਜੇ ਤੁਸੀਂ 10ਵੀਂ ਪਾਸਵੋ ਤਾਂ ਤੁਹਾਡੇ ਲਈ ਇੰਡੀਅਨ ਕੋਸਟ ਗਾਰਡ ਵਿੱਚ ਨੌਕਰੀਆਂ ਨਿਕਲੀਆਂ ਨੇ 18 ਸਾਲ ਤੋਂ ਲੈ ਕੇ 22 ਸਾਲ ਤੱਕ ਦੇ ਨੌਜਵਾਨ ਇਹਨਾਂ ਨੌਕਰੀਆਂ ਲਈ ਅਰਜ਼ੀ ਦੇ ਸਕਦੇ ਨੇ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ ਇਹਨਾਂ ਨੌਕਰੀਆਂ ਵਿੱਚ ਚੋਣ ਤੋਂ ਬਾਅਦ ਵਧੀਆ ਤਨਖਾਹ ਮਿਲਦੀ ਹੈ ਚੁਣੇ ਜਾਣ ਵਾਲੇ ਉਮੀਦਵਾਰ 47000 ਰੁਪਏ ਤੋਂ ਵੱਧਨ ਖਾ ਲੈਂਦੇ ਨੇ ਤਾਂ ਇਹ ਨੌਕਰੀਆਂ ਕੁੱਕ ਅਤੇ ਸਟੀਅਰ ਆਦਿ ਦੀਆਂ ਅਸਾਮੀਆਂ ਲਈ ਨੇ ਜਿਸ ਲਈ 10ਵੀਂ ਪਾਸ ਉਮੀਦਵਾਰ ਅਰਜ਼ੀ ਦੇ ਸਕਦੇ ਨੇ ਜਿਹੜੀ ਅਰਜ਼ੀ ਦੀ ਪ੍ਰਕਿਰਿਆ ਜੀ 3 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ ਦਰਜੇਬਾਸ ਉਮੀਦਵਾਰਲੇ ਨੈਣਾ ਨੌਕਰੀਆਂ ਵਿੱਚ ਕੁੱਲ ਅਸਾਮੀਆਂ ਦੀ ਗਿਣਤੀ 50 ਹੈ ਜਿਸ ਦੇ ਲਈ ਉਮੀਦਵਾਰ ਅਗਲੇ ਮਹੀਨੇ ਦੀ 7 ਤਰੀਕ ਤੱਕ ਆਨਲਾਈਨ ਅਰਜ਼ੀ ਦੇ ਸਕਦੇ ਨੇ ਤੇ ਕੁੱਲ 50 ਖਾਲੀ ਸਮੇਂ ਵਿੱਚੋਂ 20 ਅਸਾਮੀਆਂ ਅਨ ਅਧਿਕਾਰਿਤ ਅਤੇ 5 EWS ਅਤੇ 14 OBC ਅਤੇ 8 SC ਅਤੇ ST ਲਈ 3 ਅਸਾਮੀਆਂ ਨੇ ਇਨਾਰੇ ਜਿਹੜੀ ਵੈਬਸਾਈਟ ਹੈਗੀ ਹੈ ਜੀ ਕਿ joinindiancoastguard.gov.in ਤੇ ਜਾ ਕੇ ਤੁਸੀਂ ਇਸ ਅਸਾਮੀਆਂ ਲਈ ਭਰਤੀ ਕਰ ਸਕਦੇ ਹੋ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ रावत ਦਾ ਵੱਡਾ ਐਲਾਨ ਸਿਆਸਤ ਨੂੰ ਆਲਵੈਦਾ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਨਾਲ ਸੰਬੰਧਤ ਮਸਲ ਮਾਮਲਿਆਂ ਦੇ ਪਾਰਟੀ ਇੰਚਾਰਜ ਹਰੀਸ਼ रावत ਨੇ ਵੱਡਾ ਐਲਾਨ ਕੀਤਾ ਹੈ ਉਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਰੀਸ਼ रावत ਨੇ ਸਾਲ 2024 ਵਿੱਚ ਸਿਆਸਤ ਤੋਂ ਸੰन्यास ਲੈਣ ਦਾ ਐਲਾਨ ਕੀਤਾ ਹੈ ਉਹਨਾਂ ਕੱਲ ਸੋਮਵਾਰ ਨੂੰ ਸਵੇਰੇ ਆਪਣੇ ਫੇਸਬੁੱਕ ਪੰਨੇ ਉੱਤੇ ਇਹ ਐਲਾਨ ਕਰਦੇ ਲਿਖਿਆ ਕਿ ਮੈਂ 2024 ਚ ਰਾਹੁਲ ਗਾਂਧੀ ਨੂੰ ਪ੍ਰਦਾਨਮਾ ਤੇ ਬਣਾਉਣ ਤੋਂ ਬਾਅਦ ਸਨਿਹਤ ਲੈ ਲਾਵਾਂਗਾ ਹਰੀ ਸ਼ਰਾਵਤ ਨੇ ਮੁੱਖ ਤੌਰ ਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆਏ ਤੇ ਉਹਨਾਂ ਕਿਹਾ ਕਿ ਮਹਾਭਾਰਤ ਦੇ ਯੁੱਧ ਵਿੱਚ ਜਦੋਂ ਅਰਜੁਨ ਦੇ ਕੋਈ ਜ਼ਖਮ ਹੁੰਦਾ ਸੀ ਤਾਂ ਉਹਨਾਂ ਨੂੰ ਦਰਦ ਦੇ ਤਾਂ ਆਨੰਦ ਮਿਲਦਾ ਸੀ ਇੰਜ ਹੀ ਮੇਰੇ ਵੀ ਬਹੁਤ ਜ਼ਖਮ ਹੋਏ ਕਈ ਵਾਰ ਹਾਰਿਆ ਪਰ ਮੈਦਾਨ ਇਹ ਜੰਗ ਵਿੱਚ ਨਹੀਂ ਛੱਡਿਆ ਮਕੇਸ਼ ਅੰਬਾਨੀ ਨੇ ਵਾਡਾ ਝਟਕਾ ਟੌਪ ਅਮੀਰਾਂ ਦੀ ਸੂਚੀ ਵਿੱਚੋਂ ਹੋਏ ਬਾਹਰ ਮਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੇ ਟੌਪ 10 ਦੀ ਸੂਚੀ ਵਿੱਚੋਂ ਇੱਕ ਵਾਰ ਫਿਰ ਬਾਹਰ ਹੋ ਗਏ ਨੇ ਇਸ ਤੋਂ ਪਹਿਲਾਂ ਕੱਲ ਦੁਪਹਿਰ ਨੂੰ ਉਹ 9ਵੇਂ ਸਥਾਨ 9ਵੇਂ ਸਥਾਨ ਤੇ ਆ ਗਏ ਸੀ ਅਤੇ ਸníਚਰਵਾਰ ਨੂੰ ਉਹ ਇਸ ਸੂਚੀ ਵਿੱਚੋਂ ਬਾਹਰ ਹੋ ਕੇ 12ਵੇਂ ਸਥਾਨ ਤੇ ਪਹੁੰਚ ਗਏ ਤੇ ਫੋਰਬਸ ਰੀਅਲ ਟਾਈਮ ਬਿਲੀਅਨਰ ਸੂਚਕ ਅਤੇ ਅੰਕ ਮੁਤਾਬਕ ਸੋਮਵਾਰ ਦੁਪਹਿਰ ਨੂੰ ਮਕੇਸ਼ ਅੰਬਾਨੀ 74.5 ਅਰਬ ਡਾਲਰ ਦੀ ਨੈਟਵਰਥ ਨਾਲ 11ਵੇਂ ਸਥਾਨ ਤੇ ਨੇੜੇ ਦੇ ਇਸ ਸੂਚੀ ਵਿੱਚ ਸਾਬਤ ਹੋਤੇ ਐਮਾਜ਼ਨ ਦੇ ਮਾਰਕ ਜੈਬੇਜੋਸ 181.4 ਅਰਬ ਡਾਲਰ ਦੀ ਨੈਟਵਰਥ ਨਾਲ ਝੋਟੀ ਦੇ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਦੀ ਕਿਸਾਨ ਲਈ ਮਾਦਰ ਲੈ ਕੇ ਆਇਆ ਪੰਜਾਬੀ ਅਦਾਕਾਰ ਜੋਗਰਾਜ ਸਿੰਘ ਤਰਨਤਾਰਨ ਦੇ ਗਰੀਬ ਕਿਸਾਨ ਵੱਲੋਂ ਕਰਜ਼ਾ ਚੁੱਕ ਕੇ ਸਾਰੇ ਜਾਇਰੇ ਮਕਾਨ ਦਾ ਲੈਟਰ ਡਿੱਗਣ ਦੀ ਖਬਰ ਮਿਲਣ ਤੋਂ ਬਾਅਦ ਅਦਾਕਾਰ ਜੋਗਰਾਜ ਸਿੰਘ ਕਿਸਾਨ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਨੇ ਪਿੰਡ ਦੇ ਐਨ ਆਰ ਆਈ ਪਰਿਵਾਰ ਵੱਲੋਂ ਆਸਟ੍ਰੇਲੀਆ ਤੋਂ ਭੇਜੀ ਰਾਸ਼ੀ ਪੀੜਤ ਪਰਿਵਾਰ ਨੂੰ ਸੌਂਪੀ ਜਾਣਕਾਰੀ ਮੁਤਾਬਕ ਬੀਤੇ ਦਿਨੀ ਤਰਨਤਾਰਨ ਦੇ ਪਿੰਡ ਜੀਓਬਾਲਾ ਦੇ ਨਾਜ਼ਰ ਸਿੰਘ ਨਾਂ ਦੇ ਗਰੀਬ ਕਿਸਾਨ ਵੱਲੋਂ ਕਰਜ਼ਾ ਚੁੱਕ ਕੇ ਸਾਰੇ ਜਾਇਰੇ ਮਕਾਨ ਦੀਆਂ ਛੱਤਾਂ ਦਾ ਅਚਾਨਕ ਲੈਟਰ ਡਿੱਗਿਆ ਜਿਹਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪਤਾ ਚੱਲਣ ਤੇ ਪੰਜਾਬੀ ਅਦਾਕਾਰ ਜੋਗਰਾਜ ਸਿੰਘ ਸੋਸ਼ਲ ਵਰਕਰ ਏਐਸਆਈ ਦਲਜੀਤ ਸਿੰਘ ਅਮਰਸਰ ਨਾਲ ਤੇ ਹੋਰ ਸਾਥੀਆਂ ਨਾਲ ਕੱਲ ਪੀੜਤ ਕਿਸਾਨ ਦੇ ਘਰ ਪਹੁੰਚ ਕੇ ਇਸ ਤਰ੍ਹਾਂ ਉਹਨਾਂ ਨੇ ਪੀੜਤ ਪਰਿਵਾਰ ਦਾ ਹਾਲ ਜਾਣਿਆ ਤੇ ਇਸ ਦੇ ਨਾਲ ਹੀ ਪਿੰਡ ਕੈਰੋਵਾਲ ਦੇ ਵਸਨੀਕ ਜੋਗਰਾਜ ਸਿੰਘ ਜੋ ਆਸਟ੍ਰੇਲੀਆ ਵਿੱਚ ਹਨ ਤੇ ਉਹਨਾਂ ਵੱਲੋਂ ਆਪਣੇ ਦੋਸਤਾਂ ਦੇ ਮਦਦ ਨਾਲ ਇਕੱਠੀ ਕੀਤੀ ਰਾਸ਼ੀ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੀੜਤ ਕਿਸਾਨ ਨਾਜਾ ਸਿੰਘ ਨੂੰ ਮਦਦ ਦੇ ਤੌਰ ਤੇ ਸੌਂਪੀ ਪੰਜਾਬ ਲਈ ਵੱਡਾ ਸੰਕਟ ਐਫਸੀਆਈ ਨੇ ਜੀਰੀ ਤੋਂ ਚਾਵਲ ਤਿਆਰ ਕਰਨ ਲਈ ਨਹੀਂ ਜਾਰੀ ਕੀਤੇ ਹੁਕਮ ਕੇਂਦਰਾ ਤੇ ਪੰਜਾਬ ਸਰਕਾਰ ਦੀ ਚੱਲ ਰਹੀ ਆਪਸੀ ਤਾਨਾਚਾਹੀ ਨਦਾ ਸ਼ੈਲਰ ਇੰਡਸਟਰੀ ਤੇ ਵੱਡਾ ਅਸਰ ਪੈ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਤੱਕ ਪੰਜਾਬ ਦੇ ਸ਼ੈਲਰ ਨੂੰ ਜੀਰੀ ਤੋਂ ਚਾਵਲ ਤਿਆਰ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਜਿਤੇ ਪੰਜਾਬ ਸਰਕਾਰ ਨੂੰ ਆ ਵੱਡਾ ਆਰਥਿਕ ਨੁਕਸਾਨ ਹੋਵੇਗਾ ਸ਼ੈਲਰ ਮਾਲਕਾਂ ਨੂੰ ਵੀ ਅਰਬਾਂ ਦਾ ਰਾਰਬਾਰ ਪੈਦਾ ਨੁਕਸਾਨ ਹੋਣ ਦਾ ਖਦਸ਼ਾ ਪੈਦਾ ਹੋ ਰਿਹਾ ਜਿਸ ਕਨਸੈਲਰ ਮਲਕ ਬੇਹੱਦ ਮਾਨਸਿਕ ਤਣਾਅ ਵਿੱਚ ਨੇ ਰਾਈ ਸਿਮਿਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਾਰਦਵਾਜ ਅਤੇ ਸੀਨੀਅਰ ਵਾਈਸ ਪ੍ਰਧਾਨ ਸੱਤ ਪ੍ਰਕਾਸ਼ ਗੁਇਲ ਨੇ ਕਿਹਾ ਕਿ ਪੰਜਾਬ ਦੇ ਚਿਲਰਾਂ ਵਿੱਚ 200 ਲੱਖ ਟਨ ਜੀਰੀ ਪਈ ਹੈ ਜਿਸ ਤੋਂ 135 ਲੱਖ ਟਨ ਦੇ ਲਗਭਗ ਚਾਵਲ ਤਿਆਰ ਹੋਣਾ ਹੈ ਸਰਕਾਰ ਨੇ ਸੂਬੇ ਦੇ 4500 ਦੇ ਲਗਭਗ ਚਿਲਰਾਂ ਵਿੱਚ ਜੀਰੀ ਸਟੋਰ ਕੀਤੀ ਹੋਈ ਹੈ ਪਰ ਜਿਨ੍ਹਾਂ ਨੂੰ ਹਜੇ ਤੱਕ ਚਲਾਉਣ ਦੇ ਹੁਕਮ ਐਫਸੀਆਈ ਵੱਲੋਂ ਜਾਰੀ ਨਹੀਂ ਕੀਤੇ ਗਏ ਨੇ ਦੋਸਤੋ ਇਸੇ ਗਿਣ ਆਪਣੀਆਂ ਅੱਜ ਦੇਣ ਭਰਦੀਆਂ ਵੱਡੀਆਂ ਖਬਰਾਂ ਇਸੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਨਵੀਆਂ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਧੰਨਵਾਦ ਜੈ ਹਿੰਦ ਜੈ ਭਾਰਤ